ਅਸਲਾਮੁਅਲੈਕਮ ਦੋਸਤੋ ਤੁਸੀਂ ਦੇਖ ਰਹੇ ਹੋ ਹਸੀਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਮੀਰ ਹਮਜ਼ਾ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਹਸੀਨ ਪੰਜਾਬ ਟੀਵੀ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦਾ ਬਟਨ ਦਬਾਓ ਤਾਂ ਕਿ ਸਾਡੀ ਹਰ ਨਿਆਣਾਂ ਵਾਲੀ ਅੱਛੀ ਤੇ ਬਿਹਤਰੀਨ ਵੀਡੀਓ ਸਾਡੇ ਵੀਰਾਂ ਤੱਕ ਆਸਾਨੀ ਨਾਲ ਪਹੁੰਚ ਸਕੇ ਔਰ ਤੁਸੀਂ ਵੀਡੀਓ ਦੇਖੋ ਸਭ ਤੋਂ ਪਹਿਲੇ ਅੱਜ ਨਬ ਆਪਣੇ ਵੀਰਾਂ ਭਰਾਵਾਂ ਵਾਸਤੇ ਗਾਇ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਜਸਤੀ ਤੇ ਚੋਲਸਤਾਨੀ ਦਾ ਕਰਾਸੇ ਪਹਿਲਾ ਸੂਬਾ ਇਸ ਗਾਣੇ ਸੁਨੇ ਮੂੰਹ ਚੁਗੀਏ ਬਾਕੀ ਕੈਮਰਾਮੈਨ ਸਭ ਜਾਨਵਰ ਦਿਖਾਣਗੇ ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤ मालक की जुबानी मालका को पुछा माशाला बड़ा खूबसूरत हवाना सिया का थल लगे दरमियान कदरम्याना जनाब सिरों को माशाला जरसी त चौलस तारी का क्रास है माशाला बड़ा खूबसूरत जानवर है पहला सुबह इस गाने ने सुनेगा बाकी हर गलबात मालक की जुबानी मालका को पुछ लवेंगे जानवर माशाला बड़ा खूबसूरत है कोई कमी नहीं किसी किस्म की ਆਪਣੇ ਵੀਰਾਂ ਵਾਸਤੇ ਕੋਸ਼ਿਸ਼ ਕਰੀ ਦੀਏ ਅੱਛੇ ਤੋਂ ਅੱਛਾ ਜਾਨਵਰ ਲੈ ਕੇ ਹਾਜ਼ਰ ਹੋਈਦਾ ਹੈ ਥਣ ਦੇਖ ਸਕਦੇ ਹੋ ਮਾਸ਼ਾਅੱਲਾ ਮੱਜਾ ਨਾਲ ਥਣ ਲੱਗਿਆ ਹੋਇਆ ਹੈ ਗਾਂ ਨੂੰ ਸਿਆਹ ਕਾਲਾ ਔਰ ਪੂਰਾ ਮੁੱਠ ਮੁੱਠ ਸੋਹਣੀਆਂ ਵੀਰਲਾ ਨੇ ਮਾਸ਼ਾਅੱਲਾ ਬਾਕੀ ਇਹ ਮਜ਼ੀਦ ਕਿੰਨੇ ਦਿਨ ਲੈਂਦੀ ਹੈ ਸੂਨ ਦੇ ਵਿੱਚ ਕੀ ਪਿਆਰ ਮੁਹੱਬਤ ਅਲੀ ਡਿਮਾਂਡ ਕਰਦੇ ਨੇ ਉਹ ਜਨਾਬ ਮਾਲਕਾ ਕੋਲੋਂ ਪੁੱਛ ਲਵਾਂਗੇ ਘਰਾਂ ਦੇ ਜਾਨਵਰ ਆਪਣੀ ਵੀਰਾਂ ਭਰਾਵਾਂ ਨੂੰ ਦਿਖਾਈ ਦੇ ਨੇ ਸ਼ੌਕ ਪੂਰਾ ਕਰਾਈਦਾ ਹੈ ਆ ਦੇਖ ਸਕਦੇ ਜਿਹੜੀਆਂ ਵਧਰਾ ਨਜ਼ਰ ਆ ਰਹੀਆਂ ਨੇ ਇਹ ਮਜ਼ੀਦ इनशाला भरनिया ने इनू टोरिया खोल के अच्छा। लोकेशन है जनाब आरफ वाला जिला पाकपतन तहसील आरी वाला हसीन पंजाब टीवी तो अपना चैनल है चैनल सब्सक्राइब करना है वीडियो अच्छी लगे तो लाइक तो शेयर जरूर करना है मेरे वीर ने अपने वीर वास्ते मेहनत करी दी है ਅੱਛੇ ਤੋਂ ਅੱਛਾ ਜਾਨਵਰ ਲੈ ਕੇ ਹਾਜ਼ਰ ਹੋਈਦਾ ਹੈ ਬਾਬਾ ਜੀ ਨੂੰ ਮੰਨ ਦਿਓ ਘਰ ਦਾ ਜਾਨਵਰ ਹੈ ਜਨਾਬ ਤਸੱਲੀ ਆਲਾ ਬਾਕੀ ਸਾਰੀ ਗੱਲਬਾਤ ਮਾਲਕਾ ਕੋਲੋਂ ਪੁੱਛ ਲੈਣੇ ਆਂ ਦੀ ਅਸਲਾਮੁਅਲੈਕਮ ਜੀ ਵਾਲੈਕਮ ਸਲਾਮ ਜੀ ਕੀ ਹਾਲ ਹੈ ਤੁਸੀਂ ਠੀਕ ਏਸੇ ਠੀਕ ਹੈ ਅਕੱਲਾ ਦਾ ਕਰ ਮੈਂ ਸੋਣਾ ਰੁੱਤ ਗਾਂ ਜਿਹੜੀ ਕੈਮਰੇ ਦੀ ਨਜ਼ਰ ਇਹਨੇ ਕਿੰਨਾ ਸੁਭਾ ਸੁਣਾ ਹੈ ਇਹਨੇ ਬੇਟਾ ਪਹਿਲਾ ਸੁਭਾ ਸੁਣਾ ਕਿੰਨੇ ਦਿਨ ਲੱਗੇਗੀ ਸੂਣ ਦੇ ਵਿੱਚ ਸੁਣ ਦੇ ਵਿੱਚ ਸਾਢੇ ਦੇਰ ਨਾ ਤਾਂ ਗਾਂ ਲੈ ਦੀ ਕੋਈ 10 ਦਿਨ ਅੱਛਾ ਜੀ ਹੋ ਸਕਦਾ 4 ਦਿਨ ਪਹਿਲੇ ਵੀ ਸੂ ਸਕਦੀ 89 ਇਹ ਅੱਲਾ ਦੇ ਕੰਮ ਨੇ ਜੀ ਇਹ ਅੱਲਾ ਦੇ ਕੰਮ ਨੇ ਠੀਕ ਹੋ ਗਿਆ ਵੈਸੇ ਤਰੀਕ ਲੈਟ ਜਿਹੜੀ ਗਾਂ ਦੀ ਸਾਢੇ ਸਾਫ ਨਾਲ ਜਗਾਂ 10 ਦਿਨ ਮਜ਼ੀਦ 10 ਦਿਨ ਲੈ ਜਾਏਗੀ ਸੂਣ ਦੇ ਹਾਂ ਜੀ ਗਾ ਆਪਣੀ ਪਾਤਾ ਨਹੀਂ ਪਾਦੀ ਨਾ ਬੇਟਾ ਪਹਿਲਾਂ ਲਗੀ ਜੀ ਇਹਦੇ ਥਣਾ ਦੀ ਪਿੱਛੇ ਦੀ ਹਵਾਨੇ ਦੀ ਹਰ ਤਰ੍ਹਾਂ ਦੀ ਆਪਣੀ ਮੁਕਮਲ ਕਰਤੀ ਹੈ ਹਰ ਤਰ੍ਹਾਂ ਦੀ ਮੇਰੀ ਗਾਰੰਟੀ ਹਰ ਤਰ੍ਹਾਂ ਦੀ ਕੋਈ ਵੀਰ ਸੋਹਣਾ ਪੁੱਤਰ ਭਰਾ ਸੱਜਣ ਦੀ ਲੈ ਲਵੇ ਤੂੰ ਤੁਸੀਂ ਉਹਨਾਂ ਨਾਲ ਵਿਆਹਨਾ ਕਰ ਲਿਆ ਜੀ ਠੀਕ ਹੋ ਗਿਆ ਇਹ ਸੂਪ ਹੋਵੇ ਪੁੱਤਰ ਦੀਆਂ ਦੋ ਚੁਵਾਈਆਂ ਲੈ ਤੇ ਮੋਹ ਲੈ ਸੋਹਣੀ ਗੱਲ ਹੋ ਗਈ ਜੀ ਠੀਕ ਹੋ ਗਿਆ ਜੇ ਲਿਆ ਆਪਾਂ ਧੋਖਾ ਨਹੀਂ ਕਰਨਾ ਤੇ ਆਪਾਂ ਨੂੰ ਕਿਹਦਾ ਦਾਰ ਮੋਹ ਕਿਵੇਂ ਜੀ ਚਾਰ ਦੰਦ ਬੇਟਾ ਚਾਰ ਮੋਹ ਚੋਗੀ ਹੈ ਜੀ ਹਾਂ ਜੀ ਕਿੰਨੇ ਦੇ ਪੈਸੇ ਨੇ ਜੀ ਕਿੰਨੇ ਦੀ ਆਪਾਂ ਫਾਈਨਲ ਵੇਚਣੀ ਹੈ ਪਾਸੀ ਤੇ ਇੱਕ ਹੀ ਗੱਲ ਕਰਿਆ ਜੀ ਇੱਕੋ ਹੀ ਗੱਲ ਜੀ ਇੱਕ ਗੱਲ ਇਹ ਬੇਟਾ 3 ਲੱਖ ਦੇ 40 ਦੀ ਦੇਣੀ 3 ਲੱਖ 40 ਹਜ਼ਾਰ ਰੁਪਏ ਦੀ ਵੇਚਣੀ ਹੈ ਹਾਂ ਜੀ ਇਹਦੇ ਵਿੱਚੋਂ ਘਰ ਆ ਇਹਦਾ ਕੋਈ ਮਜ਼ੀਦ ਦੀਦ ਪਿਆਰ ਹੋ ਜਾਏਗਾ ਉਹ ਜੀ ਹੋ ਜਾ ਜੇ ਕੋਈ ਆ ਜਾਵੇ ਤਾਂ ਮੋੜ ਕੋਈ ਇਹ ਤਾਂ ਨਹੀਂ ਦੂ ਕਸਮ ਹਦੀ ਹੈ ਸਹੀ ਗੱਲ ਹੈ ਸਾਡੀ ਗਾਰ ਦੀ ਜੇ ਅਸੀਂ ਕੋਈ ਪੰਜ ਛਾੜ ਦਿੱਤਾ ਸਾਤ ਤਾਂ ਸਾਨੂੰ ਕੀ ਫਰਕ ਪਵੇ ਸੁਣੀ ਗੱਲ ਹੈ ਜੀ ਲੋ ਜੀ ਮਾਲਕਾਂ ਦੀ ਗੱਲਾਂ ਬਾਤਾਂ ਤੁਸੀਂ ਸੁਣ ਲਈਆਂ ਨੇ ਪਹਿਲਾ ਸੂਬਾ ਇਸ ਗਾਣੇ ਸੁਣਾ ਹੈ ਹਨਾਂ ਦੀ ਪਿੱਛੇ ਦੀ ਹਵਾ ਨੇ ਦੀ ਹਰ ਤਰ੍ਹਾਂ ਦੀ ਮੁਕੰਮਲ ਗਾਰੰਟੀ ਹੈ ਸਾਡੀ ਵੀ ਤੇ ਮਾਲਕਾਂ ਦੀ ਵੀ ਹੋਵੇ ਕਿਸੇ ਅੰਮ੍ਰਿਤ ਆਪ ਜਿੰਮੇਵਾਰ ਹੈ ਠੀ ਪਹਿਲਾ ਸੁਬ੍ਹਾਸ ਗਾਣੇ ਸੁਣਾਏ ਮਜ਼ੀਦ 10 ਦਿਨ ਲੱਗੇਗੀ ਸੌਣ ਦੇ ਵਿੱਚ 340000 ਰੁਪਿਆ ਫਾਈਨਲ ਡਿਮਾਂਡ ਕੀਤੀ ਹੈ ਮਜ਼ੀਦ ਵੀ ਅਸੀਂ ਇਨਸ਼ਾ ਅੱਲਾਹ ਤਾਲਾ ਗੁੰਜਾਇਸ਼ ਕਢਾਵਾਂਗੇ ਜਿੱਥੋਂ ਤੱਕ ਹੋ ਸਕਿਆ ਅਗਰ ਕਿਸੇ ਵੀਰ ਭਰਾ ਨੇ ਜਾਨਵਰ ਖਰੀਦਣਾ ਹੈ رابطہ ਨੰਬਰ 0312612254 0312612254 ਇਸ ਨੰਬਰ ਤੇ ਵਟਸਐਪ ਬਣੀ ਹੈ ਅਗਰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਅਮੀਰ ਹਮਜ਼ਾ ਨੇ دی ਇਜਾਜ਼ਤ ਅੱਲਾ ਹਾਫਿਜ਼